ਇੱਕ ਸੀਨ ਸੀਗਾ ਜੀ, ਮੈਂ ਨਾ ਉਹਦੇ ਵੋਚ ਪਾਣੀ ਭੁੱਲ ਗਿਆ, ਇੱਕ ਵਾਈਟ ਸ਼ਰਟ ਦੇ ਵੋਚ ਪਾ ਲਈ ਸੀਗੀ, ਅਤੇ ਜਦੋਂ ਮੇਰਾ ਕਲੋਸ ਲੱਗਾ ਉਦੋਂ ਮੈਂ ਵੋਚ ਪਾਣੀ ਭੁੱਲ ਗਿਆ, ਅਤੇ ਜਿਹੜਾ ਅਸਿਸਟੈਂਟ ਡਾਇਰੈਕਟਰ ਸੀਗਾ ਉਹਦੇ, ਉਹਨੇ ਮੈਨੂੰ ਯਾਦ ਕਰਾਇਆ, ਕਹਿੰਦਾ ਤੇਰੀ ਵੋਚ ਨਹੀਂ ਹੈਗੀ। ਫਿਰ ਮੈਂ ਨਾ ਜਾਣ ਕੇ ਪਿੱਛੇ ਲਗਾਉਂਦਾ ਰਿਹਾ ਵੀ ਵੋਚ ਨਾ ਆਵੇ, ਹੱਥ ਨਾ ਆਵੇ, ਉਹ ਮੈਂ ਕਲੋਸ ਦੇ ਹੱਥ ਇੱਦਾਂ ਹੀ ਰੱਖਿਆ ਪਿੱਛੇ ਵੀਰੇ ਦੇ। ਜਿਵੇਂ ਅਸੀਂ ਘੁੱਲ ਮਿਲਣ ਨਾਲ ਗਏ ਸੀਗੇ, ਲੁੱਕਣ ਮੀਚੀ ਖੇਡਣੀ, ਛਿੱਤਰ ਮਾਰਨੀ ਇੱਕ ਦੂਜੇ ਦੇ, ਹੈ ਨਾ, ਮਤਲਬ ਇੱਕ ਕਲੀ ਉੱਟਾ ਕਲੀ ਉਹ ਖੇਡ, ਪੂਰਾ ਕੰਫਰਟ ਦੇ ਸੀ। ਯੁਵਰਾਜ ਵੀਰ ਨੇ ਸਾਡੀ ਸਪੋਰਟ ਬਹੁਤ ਕੀਤੀ, ਹੁਣ ਵੀ ਜਦੋਂ ਮੈਂ ਯੁਵਰਾਜ ਵੀਰ ਨੂੰ ਫੋਨ ਕਰਦਾ, ਵੀਰਾ ਮੇਰੀ ਪਹਿਲੀ ਫੋਨ ਚੱਕ ਕੇ ਦੱਸਦੇ ਵੀ ਸੈਂਡੀ ਹਾਕੀ ਪ੍ਰੋਬਲਮ ਤੈਨੂੰ ਆਈ ਆ, ਅਤੇ ਉਦੋਂ ਵੀ ਡਾਇਰੈਕਟਰ ਸਰ ਨੇ ਸਾਡੀ ਸਿਫਾਰਿਸ਼ ਖੁਦ ਪਾਈ ਵੀਰੇ ਨੇ ਵੀ ਸੱਤੇ ਸਰ, ਜੇ ਤੁਸੀਂ ਅਗਲੀ ਮੂਵੀ ਜਦੋਂ ਵੀ ਕਰੋਗੇ ਤੁਸੀਂ ਦੋ ਮੁੰਡੇ ਨੂੰ ਨਾਲ ਲੈਣਾ ਜੋ ਮਰਜ਼ੀ, ਸਾਡੀ ਸਿਫਾਰਿਸ਼ ਸਮਝ ਚਾਹੇ ਜੋ ਮਰਜ਼ੀ ਸਮਝੋ। ਸਾਡੇ ਡਾਇਰੈਕਟਰ ਸਰ ਬੜੇ ਹੱਸਮੁੱਖ ਤਰੀਕੇ ਨਾਲ ਸਾਨੂੰ ਮਿਲਦੇ ਹੁੰਦੇ ਸੀ, ਉਹਦੇ ਨਾਲ ਐਂ ਲੱਗਦਾ ਸੀ ਯਾਰ ਇਹ ਤਾਂ ਸਾਡੀ ਇੱਕ ਫੈਮਿਲੀ ਆ। ਰੈਪ ਪਾਰਟੀ ਸੀਗੀ ਉਸ ਦਿਨ ਇੱਥੇ ਚੰਡੀਗੜ੍ਹ ਦੇ ਵਿੱਚ ਕਲੱਬ ਦੇ ਵਿੱਚ, ਜਦੋਂ ਰਾਤ ਦੇ 2 ਵਜੇ ਸਾਰੇ ਰੋਣ ਲੱਗ ਗਏ ਸੀਗੇ। ਯੁਵਰਾਜ ਵੀਰਾ ਵੀ ਕਹਿੰਦੇ ਸੀ, ਕਹਿੰਦੇ ਵੀ ਮੇਰੀ ਮਤਲਬ ਮੈਂ ਮੂਵੀ ਕਾਫੀ ਕਰੀਆਂ ਨੇ, ਕਹਿੰਦਾ ਵੀ ਮੇਰੀ ਸੈਕਿੰਡ ਮੂਵੀ ਹੈ ਵੀ ਜਿਹਨਾਂ ਨਾਲ ਮੈਂ ਤੁਹਾਡੇ ਨਾਲ ਅਟੈਚਮੈਂਟ ਮੇਰੇ ਨਾਲ ਬਹੁਤ ਜ਼ਿਆਦਾ ਹੋ ਗਈ ਹੋਈ ਆ, ਵੀ ਤੁਸੀਂ ਮੇਰੇ ਆਪਦੇ ਪਨ ਲੱਗਦੇ ਵੀ ਪਤਾ ਨਹੀਂ ਆਪਾਂ ਕਿੰਨੇ ਸਾਲਾਂ ਤੋਂ ਨਾਲ ਨਾਲ ਜੁੜੇ ਹੋਏ ਹਾਂ। ਇੱਕ ਦੂਜੇ ਦੀ ਗੱਲਾਂ ਜਦੋਂ ਖੁੱਲ੍ਹਦੀਆਂ ਨੇ ਨਾ, ਰਾਜ ਖੁੱਲ੍ਹਦੇ ਪੁਰਾਣੇ, ਹੁਣ ਅਸੀਂ ਦੋਨੋਂ ਕਲਾਸਮੇਟ ਸੀ ਨਾ ਯੂਨੀਵਰਸਿਟੀ ਦੇ, ਅਤੇ ਮਤਲਬ ਅਸੀਂ ਐਕਸਾਈਟਡ ਵਿੱਚ ਇੰਨਾ ਐਕਸਾਈਟਡ ਹੋ ਗਏ ਸੀ ਇੱਕ ਦੂਜੇ ਰਾਜ ਖੋਲ੍ਹਦੇ, ਹੈ ਨਾ, ਫਿਰ ਇੱਕ ਨਾਰਾਜ਼ ਵੀ ਹੋ ਗਏ ਸੀ ਕਾਫੀ ਟਾਈਮ। ਪੋਜ਼ਿਟਿਵ ਹੋਊਗੀ ਤਾਂ ਅੱਛੀ ਕ੍ਰੀਏਟਿਵ ਚੀਜ਼ ਨਿਕਲ ਗਿਆ ਹੋਊਗੀ, ਅਤੇ ਜੋ ਕ੍ਰੀਏਟਿਵ ਚੀਜ਼ਾਂ ਨਿਕਲੀਆਂ ਨੇ ਉਹ ਤੁਸੀਂ 12 ਜਨਵਰੀ ਨੂੰ ਦੇਖਿਓ ਜਾ ਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਕੌਰ, ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ, ਅਤੇ ਅੱਜ ਅਸੀਂ ਪਹੁੰਚੇ ਹਾਂ ਮੁੰਡਾ ਰੌਕ ਸਟਾਰ ਦੇ ਟ੍ਰੇਲਰ 'ਤੇ, ਅਤੇ ਅੱਜ ਸਾਡੇ ਨਾਲ ਦੋ ਸ਼ਖਸ ਅਜਿਹੇ ਜੁੜੇ ਆ ਜਿਹੜੇ ਇਸ ਮੂਵੀ ਦੇ ਨਾਲ ਜੁੜੇ ਹੋਏ ਨੇ, ਅਤੇ ਉਹਨਾਂ ਦੀ ਪਹਿਲੀ ਮੂਵੀ ਦੇ ਵਿੱਚ ਉਹਨਾਂ ਦਾ ਹਿੱਸਾ ਹੈ, ਅਤੇ ਪਹਿਲੀ ਮੂਵੀ ਦੇ ਵਿੱਚ ਹੀ ਉਹ ਮੁੰਡਿਆਂ ਨੇ ਕਾਫੀ ਧਮਾਕਾ ਕੀਤਾ ਹੈ, ਅਤੇ ਅੱਜ ਤੁਹਾਨੂੰ ਦੋ ਮੁੰਡਿਆਂ ਦੇ ਨਾਲ ਮਿਲਾਉਂਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਕਿਵੇਂ ਰਿਹਾ ਤੁਹਾਡਾ ਫਿਲਮ ਲੈ ਕੇ ਐਕਸਪੈਕਟ? ਮੇਰੀ ਇਹ ਪਹਿਲੀ ਫਿਲਮ ਆ ਮੁੰਡਾ ਰੌਕ ਸਟਾਰ, ਪਹਿਲਾਂ ਮੈਂ ਮਤਲਬ ਸੱਤਿਆਜੀਤ ਪੁਰੀ ਸਰ ਜਿਨ੍ਹਾਂ ਨੇ ਇਹ ਪਲੇਟਫਾਰਮ ਦਿੱਤਾ, ਡਾਇਰੈਕਟਰ ਆਫ ਦੀ ਸ਼ਿਪ ਨੇ ਜੋ ਸਾਡੀ ਫਿਲਮ ਦੇ, ਉਹਨਾਂ ਦਾ ਮੈਂ ਥੈਂਕ ਯੂ ਕਰਨਾ ਚਾਹੁੰਦਾ, ਅਤੇ ਜਿਨ੍ਹਾਂ ਦੇ ਬੈਨਰ 'ਤੇ ਰਿਲੀਜ਼ ਹੋ ਰਹੀ ਆ ਸਾਡੇ ਪ੍ਰੋਡਿਊਸਰ ਸਾਹਿਬ, ਉਹਨਾਂ ਦਾ ਥੈਂਕ ਯੂ ਕਿ ਮਤਲਬ ਇਹ ਪਲੇਟਫਾਰਮ ਮਿਲਿਆ, ਅਤੇ ਮੇਰਾ ਨਾਮ ਹੈਪੀ ਬਕੋਲੀਆ, ਅਤੇ ਮਤਲਬ ਇਹ ਮੇਰੀ ਪਹਿਲੀ ਫਿਲਮ ਆ, ਬਹੁਤ ਅੱਛਾ ਐਕਸਪੀਰੀਅੰਸ ਰਿਹਾ, ਮਤਲਬ ਇੰਨੀ ਵੱਡੀ ਕਾਸਟ ਯੁਵਰਾਜ ਹੰਸ ਭਾਅ ਜੀ ਨਾਲ, ਅਤੇ ਅੱਜ ਹੋਰ ਵੀ ਖੂਬਸੂਰਤ ਪਲ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਹੰਸ ਰਾਜ ਹੰਸ ਜੀ ਨੂੰ ਅਸੀਂ ਮਤਲਬ ਦੇਖਣ ਦਾ ਸਬੱਬ ਬਣਿਆ, ਹੈ ਨਾ, ਮਿਲਣਾ ਅਤੇ ਦੇਖਣਾ ਬਹੁਤ ਵੱਡੀ ਗੱਲ ਹੁੰਦੀ ਆ, ਅਤੇ ਮਤਲਬ ਉਹਨਾਂ ਨਾਲ ਰਹਿਣਾ ਅਤੇ ਉਹਨਾਂ ਦਾ ਮਤਲਬ ਕਿੱਦਾਂ ਦਾ ਮਤਲਬ ਨੇਚਰ ਆ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਬੜੇ ਹਸਮੁੱਖ ਨੇ, ਮਤਲਬ ਕੇਅਰਿੰਗ ਪਰਸਨ ਨੇ, ਸਾਨੂੰ ਹਮੇਸ਼ਾ ਆਪਣੇ ਛੋਟੇ ਭਾਈਆਂ ਵਾਂਗੂ ਪਿਆਰ ਕਰਦੇ ਸੀ, ਅਤੇ ਬਹੁਤ ਮਜ਼ਾ ਆਇਆ ਇਹ ਫਿਲਮ ਕਰਕੇ, ਅਤੇ 12 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਆ, ਅਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ, ਤੁਸੀਂ ਮਤਲਬ ਇਸ ਸਿਨੇਮਾ ਹਾਲ ਨੂੰ ਆਪਣੀ ਰੌਣਕਾਂ ਨਾਲ ਵਧਾਓ, ਆਓ ਅਤੇ ਫਿਲਮ ਦੇਖੋ 12 ਜਨਵਰੀ ਨੂੰ। ਥੈਂਕ ਯੂ। ਜਿਵੇਂ ਮੈਂ ਕਿਹਾ ਹੀ ਆ ਕਿ ਪਹਿਲੀ ਫਿਲਮ ਵੱਡਾ ਧਮਾਕਾ, ਅਤੇ ਸਰ ਨੂੰ ਵੀ ਪੁੱਛਦੇ ਹਾਂ ਇਹਨਾਂ ਦੀ ਵੀ ਪਹਿਲੀ ਫਿਲਮ ਆ, ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਪਹਿਲੀ ਫਿਲਮ ਵੱਡਾ ਧਮਾਕਾ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਪਹਿਲੀ ਮੂਵੀ ਆ ਜੀ ਮੇਰੀ, ਮੈਂ ਅਸੀਂ ਪੰਜਾਬੀ ਯੂਨੀਵਰਸਿਟੀ ਤੋਂ ਪਾਸ ਆਊਟ ਐੱਮ ਏ ਥੀਏਟਰ ਤੋਂ ਬਾਅਦ, ਹੁਣ ਬਹੁਤ ਐਕਸਾਈਟਿਡ ਆ, ਹੈ ਨਾ, ਕਿ ਜਦੋਂ ਇੱਕ ਵੱਡੇ ਪਰਦੇ ਤੁਸੀਂ ਨਾਮੀ ਚਿਹਰੇ ਨਾਲ ਆਉਰੇ, ਜਿੱਦਾਂ ਕਿ ਯੁਵਰਾਜ ਹੰਸ ਵੀਰੇ ਨੂੰ ਪਹਿਲਾਂ ਬੁਰਰਾ ਮੂਵੀ 'ਤੇ ਦੇਖਿਆ ਸੀਗਾ ਅਸੀਂ ਨਿੱਕੇ ਹੁੰਦੇ, ਅਤੇ ਸਾਨੂੰ ਲੱਗਦਾ ਪਤਾ ਨਹੀਂ ਕਿੱਦਾਂ ਨੇਚਰ ਕਿੱਦਾਂ ਦਾ ਹੋਏਗਾ, ਪਰ ਜਦੋਂ ਤੁਸੀਂ 1.5 ਮਹੀਨਾ ਰਹੇ ਹਾਂ ਸ਼ੂਟ ਦੇ ਵਿੱਚ, ਅਤੇ ਵੀਰਾ ਜਮਾ ਡਾਊਨ ਟੂ ਅਰਥ ਆ, ਵੀ ਮਤਲਬ ਪਤਾ ਚੱਲਦੇ ਨਹੀਂ ਵੀ ਦੋਸਤ ਹੈ ਜਾਂ, ਹੈ ਨਾ, ਯਾਰ ਬੇਲੀ ਆ ਜਾਂ ਕੋਈ ਉੱਪਰ, ਆਪਾਂ ਸਾਨੂੰ ਮਹਿਸੂਸ ਨਹੀਂ ਹੋਇਆ, ਅਤੇ ਉਮੀਦ ਕਰਦੇ ਹਾਂ ਕਿ ਸਾਡੀ 12 ਜਨਵਰੀ ਨੂੰ ਪੂਰੇ ਰੌਣਕਾਂ ਲੱਗਣਗੀਆਂ, ਤੁਸੀਂ ਜ਼ਰੂਰ ਦੇਖਣ ਜਾਇਓ, ਤਾਂ ਬਹੁਤ ਵਧੀਆ ਰਿਸਪੋਂਸ ਮਿਲੂਗਾ। ਇੱਕ ਇਹ ਅਲੱਗ ਕੰਸੈਪਟ ਹੈ, ਥੋੜ੍ਹਾ ਜਿਹਾ ਯੂਨੀਕ ਚੀਜ਼ ਹੈ,
ਤਾਂ ਪਿਆਰ ਦਿਓ, ਸਤਿਕਾਰ ਦਿਓ ਆਪਣਾ ਜੀ, ਅਤੇ 12 ਜਨਵਰੀ ਨੂੰ ਮਿਲਦੇ ਹਾਂ ਥੀਏਟਰ ਘਰਾਂ ਦੇ ਵਿੱਚ। ਤੁਸੀਂ ਇਸ ਮੂਵੀ ਦੇ ਵਿੱਚ ਕਿਹੜਾ ਰੋਲ ਕਰ ਰਹੇ ਹੋ? ਅਸੀਂ ਯੁਵਰਾਜ ਵੀਰ ਦੇ ਦੋਸਤ ਹਾਂ ਜੀ। ਅਸੀਂ ਇੱਕ ਬਚਪਨ ਦੇ ਅਨਾਥ ਆਸ਼ਰਮ ਤੋਂ ਹੁੰਦੇ ਹਾਂ, ਅਤੇ ਦੈਨ ਅਸੀਂ ਜਦੋਂ ਮਤਲਬ ਉਹਨਾਂ ਨੂੰ ਮਿਲਦੇ ਹੁੰਦੇ ਹਾਂ ਤਾਂ ਅਸੀਂ ਬਹੁਤ ਐਕਸਾਈਟਡ ਹੁੰਦੇ ਹਾਂ ਵੀ ਵੀਰਾ ਕੁਛ ਟਾਈਮ ਤੋਂ ਗੁੰਮ ਗਏ ਸੀ, ਸਾਡੇ ਤੋਂ ਵਿਛੜ ਗਏ ਸੀਗੇ। ਜਦੋਂ ਮਿਲਦੇ ਹੁੰਦੇ ਹਾਂ ਫਿਰ ਅਸੀਂ ਇੱਕ ਜਸਟਿਸ ਬੈਂਡ ਵਾਲੇ ਹੁੰਦੇ ਹਾਂ, ਅਤੇ ਉਹਨਾਂ ਨਾਲ ਪੂਰੇ ਲਾਸਟ ਤੱਕ ਧਮਾਕਾ ਪਾਉਂਦੇ ਹਾਂ, ਛਿੱਤਰ ਵੀ ਖਾਂਦੇ ਹਾਂ, ਕੁੱਟਦੇ ਵੀ ਹਾਂ। ਕਿੰਨੇ ਕੁ ਛਿੱਤਰ ਖਾਧੇ, ਕਿੰਨੇ ਕੁ ਕੁੱਟ ਖਾਧੀ? ਕੁੱਟ ਤਾਂ ਖਾਧੀ ਹੈ ਜੀ, ਅਤੇ ਮਾਰੇ ਵੀ ਕਾਫੀ ਹੈ ਜੀ। ਯੁਵਰਾਜ ਹੰਸ ਤੁਹਾਨੂੰ ਕਿੱਦਾਂ ਸਮਝਾਉਂਦੇ ਹੁੰਦੇ ਸੀਗੇ? ਮਤਲਬ ਜਦੋਂ ਉਹ ਮਿਲਦੇ ਹੁੰਦੇ ਸੀ, ਇੱਕ ਆਰਟਿਸਟ ਜਦੋਂ ਦੂਜੇ ਆਰਟਿਸਟ ਨੂੰ ਮਿਲਦਾ ਨਾ, ਉਹ ਕੰਫਰਟੇਬਲ ਫੀਲ ਕਰਾਉਂਦਾ। ਮਤਲਬ ਸਾਡੇ ਲਈ ਬੜਾ ਮਤਲਬ ਉਹ ਸੀ ਬਈ ਇੰਨੀ ਵੱਡੀ ਕਾਸਟ ਆ, ਹੈ ਨਾ, ਪਹਿਲੀ ਵਾਰ ਮਿਲ ਰਹੇ ਹਾਂ, ਅਤੇ ਸਾਨੂੰ ਥੋੜ੍ਹਾ ਜਿਹਾ ਐਂ ਹੁੰਦਾ ਸੀ ਯਾਰ ਵੀ ਅਸੀਂ ਕਿਸ ਤਰ੍ਹਾਂ ਕਰਾਂਗੇ ਉਹਨਾਂ ਨਾਲ, ਘੁਲ ਮਿਲ ਪਾਵਾਂਗੇ ਨਹੀਂ। ਪਹਿਲਾਂ ਵੀਰੇ ਜਦੋਂ ਆਉਂਦੇ ਹੁੰਦੇ ਸੀ, ਸਾਡੇ ਡਾਇਰੈਕਟਰ ਸਰ ਬੜੇ ਹਸਮੁੱਖ ਤਰੀਕੇ ਨਾਲ ਸਾਨੂੰ ਮਿਲਦੇ ਹੁੰਦੇ ਸੀ, ਉਹਦੇ ਨਾਲ ਐਂ ਲੱਗਦਾ ਸੀ ਯਾਰ ਇਹ ਤਾਂ ਸਾਡੀ ਇੱਕ ਫੈਮਿਲੀ ਆ, ਹੈ ਨਾ। ਪਹਿਲਾਂ ਇੱਕ ਫੈਮਿਲੀ ਵਾਲਾ ਮਾਹੌਲ ਮਿਲਿਆ, ਅਤੇ ਬਾਕੀ ਫੈਮਿਲੀ ਆ, ਜਿਵੇਂ ਜਦੋਂ ਅਸੀਂ ਮਤਲਬ ਰੈਪਅਪ ਹੋਇਆ ਫਿਲਮ ਦਾ, ਜਦੋਂ ਵਿਛੜੇ, ਮਤਲਬ ਸਾਰੀਆਂ ਦੀ ਅੱਖਾਂ ਨਮ ਹੋ ਗਈਆਂ ਸੀ। ਮਤਲਬ ਇੱਕ ਫੈਮਿਲੀ ਬਣ ਜਾਂਦੀ ਹੈ, 30 ਦਿਨ ਇਕੱਠੇ ਰਹਿਣਾ, ਇੱਕ ਮਤਲਬ ਸੁਬਾ ਸ਼ਾਮ ਉਹੀ ਚਿਹਰੇ ਮਿਲਣੇ, ਇਕੱਠੇ ਰੋਟੀ ਖਾਣੀ, ਇਕੱਠੇ ਬੈਠਣਾ, ਮਤਲਬ ਬੜਾ ਅੱਛਾ ਲੱਗਦਾ ਸੀ ਉਹ ਚੀਜ਼ ਨੂੰ। ਜਿਵੇਂ ਹੁਣ ਯਾਰ ਦੋਸਤ ਕਾਫੀ ਇਕੱਠੇ ਹੁੰਦੇ ਆ, ਤੁਹਾਨੂੰ ਪਤਾ ਹੈ ਕੁੜੀਆਂ ਨੂੰ ਵੀ ਛੇੜਦੇ ਆ, ਅਤੇ ਯਾਰੀ ਦੋਸਤੀ ਦੀ ਇੱਕ ਦੂਜੇ ਨੂੰ ਛੇੜਦੇ ਵੀ ਬਹੁਤ ਆ, ਅਜਿਹੇ ਮੂਮੈਂਟ ਹੋਏ ਸੀ ਤੁਹਾਡੇ ਨਾਲ? ਹਾਂਜੀ ਹੋਏ ਸੀਗੇ, ਮਤਲਬ ਇੱਕ ਦੂਜੇ ਦੀ ਗੱਲਾਂ ਜਦੋਂ ਖੁੱਲ੍ਹਦੀਆਂ ਨੇ ਨਾ, ਰਾਜ ਖੁੱਲ੍ਹਦੇ ਪੁਰਾਣੇ, ਹੁਣ ਅਸੀਂ ਦੋਨੋਂ ਕਲਾਸਮੇਟ ਸੀ ਨਾ ਯੂਨੀਵਰਸਿਟੀ ਦੇ, ਅਤੇ ਮਤਲਬ ਅਸੀਂ ਐਕਸਾਈਟਡ ਵਿੱਚ, ਇੰਨਾ ਐਕਸਾਈਟਡ ਹੋ ਗਏ ਸੀ ਇੱਕ ਦੂਜੇ ਰਾਜ ਖੋਲ੍ਹਦੇ, ਹੈ ਨਾ, ਫਿਰ ਇੱਕ ਨਾਰਾਜ਼ ਵੀ ਹੋ ਗਏ ਸੀ ਕਾਫੀ ਟਾਈਮ। ਕੁੜੀਆਂ ਵਾਂਗੂ ਨਾਰਾਜ਼ਗੀ ਵੀ ਦਿਖਾਉਂਦੇ ਹਾਂ, ਨਾਰਾਜ਼ ਵੀ ਦਿਖਾਉਂਦੇ ਹਾਂ, ਪਰ ਫਿਲਮ ਦੇ ਵਿੱਚ ਨਹੀਂ ਉੱਦਾਂ ਮਿਲੇਗਾ। ਪਰ ਉਹ ਅਸੀਂ ਜਦੋਂ ਬੈਠਦੇ ਸੀ ਬੜੀ ਮਸਤੀ ਹੁੰਦੀ ਸੀ, ਬੜਾ ਮਤਲਬ ਰੌਣਕਾਂ ਲੱਗਦੀਆਂ ਸੀ, ਪਤਾ ਹੀ ਨਹੀਂ ਲੱਗਦਾ ਜਦੋਂ ਨਾਈਟ ਦਾ ਸ਼ੂਟ ਹੁੰਦਾ ਸੀ ਵੀ ਸਵੇਰ ਕਦੋਂ ਹੋ ਗਈ। ਮਤਲਬ ਕੰਮ 'ਚ ਇੰਨਾ ਸੋਹਣਾ ਮੂਮੈਂਟ, ਇੰਟਰਸਟਿੰਗ ਕੰਮ ਨਾਲ ਪਿਆਰ ਹੁੰਦਾ ਸੀ ਸਾਰਿਆਂ ਦਾ, ਮਤਲਬ ਐਵੇਂ ਲੱਗਦਾ ਸੀ 5 ਵੱਜ ਕੇ ਪੈਕਅਪ ਹੋ ਗਿਆ, ਕਿਆ ਬਾਤ, ਚਲੋ ਯਾਰ ਚੱਲੀਏ ਘਰੇ, ਹੈ ਨਾ, ਬੜਾ ਅੱਛਾ ਫੀਲ ਲੱਗਦਾ ਸੀ। ਇਸ ਮੂਵੀ ਦੇ ਵਿੱਚ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਐਕਸਪੀਰੀਅੰਸ ਸਾਡਾ ਬਹੁਤ ਸੋਹਣਾ ਰਿਹਾ, ਕਿਉਂਕਿ ਮੇਨ ਡਾਇਰੈਕਟਰ ਦੇ ਉੱਪਰ ਹੁੰਦਾ ਨਾ, ਸਾਨੂੰ ਡਾਇਰੈਕਟਰ ਨੇ ਅਤੇ ਯੁਵਰਾਜ ਹੰਸ ਵੀਰ ਨੇ ਸਾਨੂੰ ਬਹੁਤ ਕੰਫਰਟ ਕਰਤਾ ਸੀ ਪਹਿਲਾਂ ਹੀ ਵੀ ਤੁਸੀਂ ਜਿੱਦਾਂ ਤੁਸੀਂ ਨੋਰਮਲ ਉੱਦਾਂ ਰਹੋ, ਹੈ ਨਾ, ਅਤੇ ਅਸੀਂ ਹੁੰਦਾ ਨਾ ਵੀ ਬੰਦਾ ਗਲਤੀਆਂ ਹੁੰਦੀਆਂ ਨੇ, ਹੈ ਨਾ, ਸਾਡੇ ਕੋਲ ਗਲਤੀਆਂ ਵੀ ਹੋਈਆਂ ਸੀਗੀਆਂ, ਪਰ ਉਹ ਬਹੁਤ ਜਲਦੀ ਅਸੀਂ ਕੈਪਚਰ ਕਰ ਲਈਆਂ ਸੀਗੀਆਂ। ਸਾਨੂੰ ਬਹੁਤ ਸੌਖੇ ਤਰੀਕੇ ਨਾਲ ਸਰ ਨੇ ਪੂਰਾ ਕੰਫਰਟ ਕਹਿੰਦੇ, ਤੁਸੀਂ ਰਿਲੈਕਸ ਹੋ ਜਾਓ, ਐਕਟਿੰਗ ਕਰੋ, ਪੂਰਾ ਨਜ਼ਾਰੇਦਾਰ ਸੀ, ਕੋਈ ਸਾਨੂੰ ਦਿੱਕਤ ਨਹੀਂ। ਪੋਜ਼ੀਟਿਵ ਵਾਈਬ ਹੁੰਦੀ ਹੈ ਨਾ, ਮਤਲਬ ਸਭ ਤੋਂ ਪਹਿਲਾਂ ਐਕਟਰ ਲਈ ਉਹ ਬਹੁਤ ਜ਼ਰੂਰੀ ਹੁੰਦੀ ਆ। ਮਤਲਬ ਵੀ ਤੁਹਾਨੂੰ ਮਤਲਬ ਇੱਦਾਂ ਨਹੀਂ ਕਰਾਇਆ ਜਾ ਰਿਹਾ ਵੀ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਇਹ ਫਿਲਮ, ਸਾਨੂੰ ਇਹ ਫਿਲਮ ਦੇ ਵਿੱਚ ਬਿਲਕੁਲ ਮਹਿਸੂਸ ਨਹੀਂ ਕਰਾਇਆ ਗਿਆ। ਮਤਲਬ ਸੱਤਿਆਜੀਤ ਪੁਰੀ ਸਰ, ਉਹਨਾਂ ਦੀ ਸਮਾਈਲ, ਉਹਨਾਂ ਦਾ ਬੋਲਣ ਦਾ ਤਰੀਕਾ, ਮਤਲਬ ਬਾਕੀ ਮਤਲਬ ਬਹੁਤ ਪੋਜ਼ੀਟਿਵ, ਅਤੇ ਉਹਨਾਂ ਦੇ ਮਤਲਬ ਵੇਟਿੰਗ ਨੇ ਵੇਦਾਂਤਿਕਾ ਮੈਮ, ਅਤੇ ਉਹ ਵੀ ਮਤਲਬ ਜਦੋਂ ਵੀ ਬੋਲਦੇ ਸੀ ਮਤਲਬ ਇੰਨਾ ਵਾਈਬ ਅੱਛੀਆਂ ਆਉਂਦੀਆਂ ਸੀ ਨਾ, ਉਹਨਾਂ ਦਾ ਵੀ ਮਤਲਬ ਥੈਂਕ ਯੂ ਵੀ, ਉਹਨਾਂ ਦਾ ਬਹੁਤ ਜ਼ਿਆਦਾ ਰੋਲ ਹੈ ਇਹ ਫਿਲਮ ਦੇ ਵਿੱਚ, ਅਤੇ ਉਹ ਮਤਲਬ ਹਮੇਸ਼ਾ ਪੋਜ਼ੀਟਿਵ ਕਰਦੇ ਸੀ ਹਰੇਕ ਨੂੰ, ਮਤਲਬ ਪੋਜ਼ੀਟਿਵ ਹੋਊਗੀ ਤਾਂ ਅੱਛੀ ਕ੍ਰੀਏਟਿਵ ਚੀਜ਼ ਨਿਕਲ ਕੇ ਆਊਗੀ। ਅਤੇ ਜੋ ਕ੍ਰੀਏਟਿਵ ਚੀਜ਼ਾਂ ਨਿਕਲੀਆਂ ਨੇ ਉਹ ਤੁਸੀਂ 12 ਜਨਵਰੀ ਨੂੰ ਦੇਖਿਓ ਜਾ ਕੇ ਸਿਨੇਮਾ ਘਰਾਂ ਦੇ ਵਿੱਚ, ਅਤੇ ਤੁਹਾਨੂੰ ਜ਼ਰੂਰ ਪਸੰਦ ਆਊਗੀ ਇਹ ਫਿਲਮ ਜੀ। ਇਸ ਮੂਵੀ ਦੇ ਜਦੋਂ ਕੈਮਰਾ ਆਫ ਸੀ ਤਾਂ ਤੁਸੀਂ ਕੁਛ ਮੂਵਮੈਂਟ ਦੱਸ ਸਕਦੇ ਹੋ? ਮੂਵਮੈਂਟ ਮਸਤੀ ਹੁੰਦੀ ਸੀ, ਮਤਲਬ ਕਾਫੀ ਚਿਲ ਖੇਡਦੇ ਸੀ, ਚੂੜੀ ਚੀੜੀ ਉਡਕਾਉਂ, ਸਾਡੇ ਕੈਰਮ ਬੋਰਡ ਲੱਗੇ ਛੋਟੇ ਹੁੰਦੇ, ਬਹੁਤ ਖੇਡਦੇ ਸ਼੍ਰੀ ਫਤਿਹਗੜ੍ਹ ਸਾਹਿਬ। ਐਕਚੁਅਲੀ ਨਾ ਮਤਲਬ ਜਦੋਂ ਅਸੀਂ ਸ਼ੂਟ 'ਤੇ ਪਹਿਲੀ ਵਾਰ ਗਏ ਉਦੋਂ ਤਾਂ ਯੁਵਰਾਜ ਵੀਰ ਨੂੰ ਅਸੀਂ ਜਮ੍ਹਾਂ ਨਹੀਂ ਬੁਲਾਇਆ ਸੀਗਾ ਕਿ ਯਾਰ ਪਤਾ ਨਹੀਂ ਕਿੱਦਾਂ ਦਾ ਨੇਚਰ ਹੋਊਗਾ। ਫਿਰ ਜਦੋਂ ਤੀਜੇ ਦਿਨ ਅਸੀਂ ਬੁਲਾਇਆ, ਜਮ੍ਹਾਂ ਹੀ ਡਾਊਨ ਟੂ ਅਰਥ ਵੀਰਾ ਯਾਰ, ਸਾਨੂੰ ਲੱਗਿਆ ਨਹੀਂ ਕਿ ਬੰਦਾ ਕੋਈ ਸੈਲੀਬ੍ਰਿਟੀ ਆ ਜਾਂ ਕੋਈ ਮਤਲਬ ਇਹਦੇ ਫਾਦਰ ਸਭ ਇਹਨਾਂ ਦੇ, ਹੈ ਨਾ, ਜੋ ਸੈਲੀਬ੍ਰਿਟੀ ਆ ਬਹੁਤ ਵੱਡੇ, ਪਰ ਬਹੁਤ ਵੀਰਾਂ ਨੇ ਕੰਫਰਟ ਜ਼ੋਨ ਕਰਾਇਆ। ਜਿਵੇਂ ਅਸੀਂ ਘੋਲ ਮਿਲਣ ਨਾਲ ਗਏ ਸੀਗੇ, ਲੁੱਕਣ ਮਿੱਚੀ ਖੇਡਣੀ, ਛਿੱਤਰ ਮਾਰਨੇ ਇੱਕ ਦੂਜੇ ਦੇ, ਹੈ ਨਾ, ਮਤਲਬ ਇੱਕ ਕਲੀ ਉੱਟਾ ਕਲੀ ਉਹ ਖੇਡ, ਪੂਰਾ ਕੰਫਰਟ ਸੀ ਅਸੀਂ ਮਸਾਲਾ ਪਾ ਕੇ ਉਹ ਖੇਡਣਾ। ਮਤਲਬ ਬੜੀ ਅੱਛੇ ਮੂਵਮੈਂਟ ਸੀ ਉਹ, BTS ਦੇ ਵਿੱਚ ਨੇ ਸਾਡੇ, ਮਤਲਬ ਜਦੋਂ BTS ਸਾਹਮਣੇ ਆਊਗੀ ਤੁਹਾਨੂੰ ਜ਼ਰੂਰ ਦੇਖਣ ਮਿਲਣਗੇ ਉਹ ਮੂਵਮੈਂਟ ਵੀ। ਮਤਲਬ
ਜਿਵੇਂ ਬੱਚੇ ਖੇਡਦੇ ਉਦਾਂ ਹੀ ਮਸਤੀ ਕਰਦੇ ਹੁੰਦੇ ਸੀ। ਹਾਂਜੀ ਹਾਂਜੀ ਜਦੋਂ ਰੈਪ ਪਾਰਟੀ ਸੀਗੀ ਉਸ ਦਿਨ ਇੱਥੇ ਚੰਡੀਗੜ੍ਹ ਦੇ ਵਿੱਚ ਕਲੱਬ ਦੇ ਵਿੱਚ, ਜਦੋਂ ਰਾਤ 2 ਵਜੇ ਸਾਰੇ ਰੋਣ ਲੱਗ ਗਏ ਸੀਗੇ। ਕਿਉਂ ਕੀ ਹੋ ਗਿਆ? ਯੁਵਰਾਜ ਵੀਰਾ ਵੀ ਕਹਿੰਦੇ ਸੀ, ਕਹਿੰਦੇ ਵੀ ਮੇਰੀ ਮਤਲਬ ਮੈਂ ਮੂਵੀ ਕਾਫੀ ਕਰੀਆਂ ਨੇ, ਕਹਿੰਦਾ ਵੀ ਮੇਰੀ ਸੈਕਿੰਡ ਮੂਵੀ ਹੈ, ਵੀ ਜਿਹਨਾਂ ਨਾਲ ਮੈਂ ਤੁਹਾਡੇ ਨਾਲ ਅਟੈਚਮੈਂਟ ਮੇਰੇ ਨਾਲ ਬਹੁਤ ਜ਼ਿਆਦਾ ਹੋ ਗਈ ਹੋਈ ਆ, ਵੀ ਤੁਸੀਂ ਮੇਰੇ ਆਪਦੇ ਪਨ ਲੱਗਦੇ, ਵੀ ਪਤਾ ਨਹੀਂ ਆਪਾਂ ਕਿੰਨੇ ਸਾਲਾਂ ਤੋਂ ਨਾਲ ਨਾਲ ਜੁੜੇ ਹੋਏ ਹਾਂ। ਫਿਰ ਵੀਰੇ ਨੇ ਸਾਨੂੰ ਹੌਸਲਾ ਦਿੱਤਾ ਸੀ, ਵੀਰੇ ਨੂੰ ਹੌਸਲਾ ਦਿੱਤਾ ਵੀਰੇ ਕੋਈ ਨਾ ਆਪਾਂ ਤੁਹਾਡੇ ਨਾਲ ਆ, ਅਤੇ ਮਤਲਬ ਪੂਰਾ ਇਮੋਸ਼ਨਲ ਹੋ ਗਏ ਸੀ ਸਾਰਿਆਂ ਨੇ। ਤੁਸੀਂ ਯੁਵਰਾਜ ਹੰਸ ਨੂੰ ਇਹ ਨਹੀਂ ਕਿਹਾ ਕਿ ਮੈਨੂੰ ਹਰ ਇੱਕ ਮੂਵੀ ਦੇ ਵਿੱਚ ਲੈ ਲਿਓ? ਨਹੀਂ, ਉਹ ਮਤਲਬ ਯੁਵਰਾਜ ਵੀਰ ਨੇ ਸਾਡੀ ਸਪੋਰਟ ਬਹੁਤ ਕੀਤੀ। ਹੁਣ ਵੀ ਜਦੋਂ ਮੈਂ ਯੁਵਰਾਜ ਵੀਰ ਨੂੰ ਫੋਨ ਕਰਦਾ, ਵੀਰਾ ਮੇਰੀ ਪਹਿਲੀ ਫੋਨ ਚੱਕ ਕੇ ਦੱਸਦੇ ਵੀ ਸੈਂਡੀ ਹਾਂ ਕੀ ਪ੍ਰੋਬਲਮ ਤੈਨੂੰ ਆਈ ਆ, ਅਤੇ ਉਦੋਂ ਵੀ ਡਾਇਰੈਕਟਰ ਸਰ ਉਹਨਾਂ ਨੇ ਸਾਡੀ ਸਿਫਾਰਿਸ਼ ਖੁਦ ਪਾਈ ਵੀਰੇ ਨੇ ਵੀ ਸੱਤੇ ਸਰ ਜੇ ਤੁਸੀਂ ਅਗਲੀ ਮੂਵੀ ਜਦੋਂ ਵੀ ਕਰੋਗੇ ਤੁਸੀਂ 2 ਮੁੰਡੇ ਨਾਲ ਲੈਣਾ ਜੋ ਮਰਜ਼ੀ, ਸਾਡੀ ਸਿਫਾਰਿਸ਼ ਸਮਝ ਚਾਹੇ ਜੋ ਮਰਜ਼ੀ ਸਮਝੋ। ਜਦੋਂ ਤੁਸੀਂ ਸੈੱਟ 'ਤੇ ਕੰਮ ਕਰਦੇ ਹੁੰਦੇ ਸੀਗੇ ਉਦੋਂ ਤੁਹਾਡੇ ਤੋਂ ਕੁਛ ਨਾ ਕੁਛ ਰਹਿ ਵੀ ਜਾਂਦਾ ਹੁੰਦਾ ਹੈ ਨਾ, ਅਤੇ ਕਿਤੇ ਨਾ ਕਿਤੇ ਹੁਣ ਤੁਸੀਂ ਸੈਟਿਸਫਾਈ ਹੋ? ਨਹੀਂ, ਬਹੁਤ ਸੈਟਿਸਫਾਈ। ਮੈਂ ਨਾ ਇੱਕ ਸੀਨ ਸੀਗਾ ਜੀ, ਮੈਂ ਨਾ ਉਹਦੇ ਵੋਚ ਪਾਣੀ ਭੁੱਲ ਗਿਆ, ਇੱਕ ਵਾਈਟ ਸ਼ੋਟ 'ਤੇ ਵੋਚ ਪਾਲੀ ਸੀਗੀ, ਅਤੇ ਜਦੋਂ ਮੇਰਾ ਕਲੋਸ ਲੱਗਾ ਉਦੋਂ ਮੈਂ ਵੋਚ ਪਾਣੀ ਭੁੱਲ ਗਿਆ, ਅਤੇ ਜਿਹੜਾ ਅਸਿਸਟੈਂਟ ਡਾਇਰੈਕਟਰ ਸੀਗਾ ਉਹਦੇ ਉਹਨੇ ਮੈਨੂੰ ਯਾਦ ਕਰਾਇਆ, ਕਹਿੰਦਾ ਤੇਰੀ ਵੋਚ ਨਹੀਂ ਹੈਗੀ। ਫਿਰ ਮੈਂ ਨਾ ਜਾਣ ਕੇ ਪਿੱਛੇ ਲੁਕਾਉਂਦਾ ਰਿਹਾ ਵੀ ਵੋਚ ਨਾ ਆਵੇ, ਹੱਥ ਨਾ ਆਵੇ, ਉਹ ਮੈਂ ਕਲੋਸ ਦੇ ਹੱਥ ਇੱਦਾਂ ਹੀ ਰੱਖਿਆ ਪਿੱਛੇ ਵੀਰੇ ਦੇ। ਡਾਇਰੈਕਟਰ ਸਰ ਵੀ ਦੱਸ ਰਹੇ ਸੀਗੇ, ਕਹਿੰਦੇ ਜਦੋਂ ਅਸੀਂ ਸਾਰੇ ਸੌਂ ਗਏ ਸੀਗੇ ਤਾਂ ਆਜ਼ਮ ਸਰ ਕਹਿੰਦੇ ਬੜਾ ਉਹ ਦਰਵਾਜ਼ਾ ਖੜਕਾ ਰਹੇ ਸੀ, ਕਹਿੰਦੇ ਮਸਤੀ ਕਰ ਰਹੇ ਸੀ ਇਹ। ਮਤਲਬ ਜਦੋਂ ਅਸੀਂ ਗੋਨਿਆਂ ਨੇ ਸ਼ੂਟ ਕਰ ਰਹੇ ਸੀ, ਮਤਲਬ ਜੈਤੋ ਦੇ ਵਿੱਚ ਸੈਂਟਰ ਜੇਲ੍ਹ ਦਾ ਸ਼ੂਟ ਕਰ ਰਹੇ ਸੀ, ਅਤੇ ਜਦੋਂ ਅਸੀਂ ਬਠਿੰਡੇ ਰਹਿੰਦੇ ਹੁੰਦੇ ਸੀ ਉਹ ਮਤਲਬ ਬੜਾ ਪ੍ਰੈਂਕ ਕਰ ਰਹੇ ਸੀ ਸਾਡੇ, ਮਤਲਬ ਕੋਈ ਆਰਟਿਸਟ ਸੀ ਸਾਡੇ ਮਤਲਬ ਕਾਫੀ ਸੀਨੀਅਰ, ਉਹ ਗੁੱਸਾ ਵੀ ਕਰ ਗਏ ਸੀ। ਮਤਲਬ ਉਹ ਪਲ ਬਹੁਤ ਅੱਛਾ ਸੀ, ਮਤਲਬ ਉਹ ਨਾਈਟ ਮਤਲਬ ਅੱਜ ਯਾਦਗਾਰ ਨਾਈਟ ਬਣ ਚੁੱਕੀ ਆ। ਉਹ ਡਾਇਰੈਕਟਰ ਸਰ ਕਹਿ ਰਹੇ ਸੀ ਮੈਂ ਬਹੁਤ ਖਿਜਿਆ ਵੀ ਗੁੱਸਾ, ਮੈਂ ਸਰ ਨੂੰ ਕਿਹਾ ਕਿ ਵੀ ਤੁਸੀਂ ਲੱਗਦੇ ਤਾਂ ਹੈ ਨਹੀਂ ਵੀ ਫੇਸ ਤੋਂ ਬਹੁਤ ਇਨੋਸੈਂਟ ਲੱਗਦੇ। ਕਿਤੇ ਨਾ ਸ਼੍ਰੀ ਫਤਿਹਗੜ੍ਹ ਸਾਹਿਬ ਜਿਹੜੇ ਸ਼ੂਟ ਹੋ ਰਿਹਾ ਸੀ ਨਾ, ਐਕਚੁਅਲੀ ਨਾ ਇੱਕ ਨਾ ਮੂਨ ਲਾਈਟ ਹੁੰਦੀ ਆ ਉਹ ਉੱਥੇ ਲੱਗੀ ਨਹੀਂ ਸੀ, ਮਤਲਬ ਪੂਰਾ ਸਵੇਰ ਦਾ ਸੈਟਅਪ ਲੱਗਾ ਹੋਇਆ, ਮਤਲਬ ਉਹ ਘੱਟੋ ਘੱਟ ਵੀ 3 ਤੋਂ 4 ਲੱਖ ਦਾ ਕੱਲਾ ਸੈਟਅਪ ਸੀਗਾ ਲਾਈਟਿੰਗ ਲੂਟਿੰਗ ਦਾ ਪੂਰਾ ਟੀਮ ਟੂਮ ਪਾ ਕੇ। ਜਦੋਂ ਮਤਲਬ ਸ਼ਾਮ ਨੂੰ ਮੂਨ ਲਾਈਟ ਲੱਗੀ ਅਤੇ ਉਹ ਕਹਿੰਦੇ ਵੀ ਕੱਲ੍ਹ ਲੱਗੂਗੀ, ਮਤਲਬ ਨੁਕਸਾਨ ਤਾਂ ਹੋ ਗਿਆ ਨਾ, ਵੀ ਸਾਨੂੰ ਲੱਗਾ ਵੀ ਸਰ ਹੁਣ ਪੱਕਾ ਹੀ ਬੋਲਣਗੇ ਗੁੱਸੇ ਨਾਲ, ਅਤੇ ਸਰ ਕਹਿੰਦਾ ਪੈਕਅਪ ਕੱਲ੍ਹ ਕਰੇਂਗੇ। ਅਸੀਂ ਸੋਚਿਆ ਵੀ ਯਾਰ ਵੀ ਹੈ ਨਾ ਐਡੀ ਵੱਡੀ ਮਤਲਬ ਇੱਕ ਦਿਨ ਗੈਪ ਹੋ ਗਿਆ ਵੀ ਸਰ ਫਿਰ ਵੀ ਨਾਰਾਜ਼ ਨਹੀਂ ਹੋਏ, ਪਰ ਸਰ ਐਡੇ ਡਾਊਨ ਟੂ ਅਰਥ ਬੰਦੇ ਨਾ ਵੀ ਮਤਲਬ ਬਹੁਤ ਜਿੰਨਾ ਸੁਣਿਆ ਸੀ ਨਾ ਉਸ ਤੋਂ ਵੱਧ ਕਿਹਾ ਸਰ। ਮਤਲਬ ਬਾਰਿਸ਼ ਦੀ ਬਹੁਤ ਪਰੇਸ਼ਾਨੀਆਂ ਆਈਆਂ ਫਿਲਮ ਦੇ ਵਿੱਚ ਮੌਸਮ ਨੂੰ ਲੈ ਕੇ, ਪਰ ਫਿਰ ਵੀ ਅਸੀਂ ਆਪਦੇ ਟਾਈਮ ਪੀਰੀਅਡ ਦੇ ਅਕੋਰਡਿੰਗ ਫਿਲਮ ਨੂੰ ਕੰਪਲੀਟ ਕੀਤਾ ਜੀ। ਤੁਹਾਡੀ ਮਿਹਨਤ ਜ਼ਰੂਰ ਰੰਗ ਲੈ ਕੇ ਆਉਗੀ। ਹਾਂਜੀ, ਥੈਂਕ ਯੂ। ਅਤੇ ਤੁਸੀਂ ਇਹਨਾਂ ਦੀਆਂ ਰੌਣਕਾਂ ਤੋਂ ਦੇਖ ਹੀ ਲਿਆ ਕਿ ਹੁਣ ਜਿਹੜੀ ਮੁੰਡਾ ਰੌਕ ਸਟਾਰ ਮੂਵੀ ਆ ਰਹੀ ਹੈ ਉਹ ਪੂਰੀ ਹਿੱਟ ਜਾਊਗੀ, ਕਿਉਂਕਿ ਫੇਸ ਤੋਂ ਹੀ ਦੇਖ ਕੇ ਲੱਗ ਰਿਹਾ ਆ। ਅਤੇ ਬਹੁਤ ਧੰਨਵਾਦ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਅਤੇ ਸਾਨੂੰ ਹੁਣ ਦੋ ਇਜਾਜ਼ਤ। ਥੈਂਕ ਯੂ ਸੋ ਮਚ।